ਇਹ ਵਿਕਾਸ ਸ਼ਰਮਾ ਨਾਂ ਦਾ ਬੰਦਾ ਸੀਗਾ। ਇਹਨੂੰ ਛੱਤ ਲਾਈਟਾਂ ਤੋਂ ਬੰਦੇ ਆਏ ਕਿ ਪਟਿਆਲੇ ਚੱਲਣਾ, ਉਹਨੇ ਲਿਫਟ ਲਈ ਅਤੇ ਉਹਦੇ ਨਾਲ ਕਾਫੀ ਲੁੱਟ ਖੋਹ ਕਰੀ, ਉਹਦਾ ਸੋਨਾ ਤਾਰ ਲਿਆ, ਫੋਨ ਲੈ ਲਿਆ ਅਤੇ ਕੁੱਟਿਆ ਮਾਰਿਆ ਅਤੇ ਉਹਦੇ ਤੋਂ ਜਿੰਨੀ ਲੱਗਦੀ ਸੀਗੀ ਉਹ ਲੈ ਲਈ ਅਤੇ ਕੁਛ ਕੁ ਲੱਖ ਰੁਪਏ ਉਹਨਾਂ ਨੇ ਆਪਦੇ ਕਿਸੇ ਟ੍ਰਾਂਸਫਰ ਕਰਾ ਲਏ ਕਿਸੇ ਦੇ ਅਕਾਊਂਟ ਦੇ ਵਿੱਚ। ਉਹਨਾਂ ਨੂੰ ਅਸੀਂ ਨੇ 48 ਘੰਟਿਆਂ ਦੇ ਵਿੱਚ ਬੰਦਿਆਂ ਨੂੰ ਫੜ ਕੇ ਉਹਨਾਂ ਕੋਲੋਂ ਮੌਕੇ 'ਤੇ ਵਰਤਿਆ ਗਿਆ ਪਿਸਤੌਲ ਸਮੇਤ 5 ਜਿੰਦਾ ਕਾਰਤੂਸ਼ ਅਤੇ ਬਾਕੀ ਜਿੰਨੀ ਨਗਦੀ ਵਗੈਰਾ ਹੋਰ ਸਾਰੇ ਬਰਾਮਦ ਕਰਾਈ। ਦੋਸ਼ੀਆਂ ਦੀ ਪਹਿਚਾਣ ਕੇ ਕਿੱਥੇ ਦੇ ਰਹਿਣ ਵਾਲੇ? ਦੋਸ਼ੀ ਅਬੋਹਰ ਦੇ ਰਹਿਣ ਵਾਲੇ ਨੇ ਅਤੇ ਦੋਸ਼ੀ ਦੇ ਖਿਲਾਫ਼ ਪਹਿਲਾਂ ਵੀ ਦਰਜਨਾਂ ਦੇ ਕਰੀਬ ਮੁਕੱਦਮੇ ਦਰਜ ਨੇ ਲੁੱਟਾਂ ਖੋਹਾਂ ਅਤੇ ਹੋਰ ਵਾਰਦਾਤਾਂ।